ਤੇ ਜੇ ਪੱਗਾਂ ਬੰਨ ਕੇ ਅੰਮ੍ਰਿਤ ਛੱਕ ਕੇ ਦਿੱਲੀ ਨਾ ਹੀ ਖਲੋਣਾ ਸੀ ਤੇ ਫਿਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਕਿਉਂ ਆਉਂਦੇ ਹੋ ਪਖੰਡੀਓ? ਇਹ ਖੇੜਾ ਛੱਡ ਦਿਓ, ਕੋਈ ਸੁੱਖ ਸੁੱਖੀ ਹੈ ਕਿ ਪੱਗਾਂ ਬੰਨ ਕੇ ਇੱਥੇ ਫਤਿਹਗੜ੍ਹ ਸਾਹਿਬ ਹੀ ਆਉਣਾ, ਸਿੱਖੀ 'ਚ ਹੀ ਆਉਣਾ, ਸਿੱਖੀ ਦੀ ਗੱਲ ਕਰਨੀ ਹੈ? ਸਿਰ ਬਣਾਓ, ਉਹਨਾਂ ਨਾਲ ਖੜ ਜਾਓ, ਉਹਨਾਂ ਦਾ ਧਰਮ ਅਪਣਾ ਲਓ, ਸਾਨੂੰ ਪਤਾ ਤਾਂ ਹੋਵੇ ਸਾਡੀ ਲੜਾਈ ਕਿਹਦੇ ਨਾਲ ਹੈ। ਅਸੀਂ ਪੱਗਾਂ ਵਾਲੇ ਬਹਿਰੂਪੀਆਂ ਨਾਲ ਲੜਨਾ, ਬੁੱਕਲ ਦੇ ਸੱਪਾਂ ਨਾਲ ਲੜਨਾ। ਕਿਉਂਕਿ ਮੈਂ 3 ਦਿਨਾਂ ਤੋਂ ਸੰਗਤ ਨੂੰ ਇੱਕ ਬੇਨਤੀ ਕਰ ਰਿਹਾ, ਗੰਗੂ ਇਕੱਲਾ ਬ੍ਰਾਹਮਣ ਨਹੀਂ ਹੈ, ਗੰਗੂ ਦੇ ਬ੍ਰਾਹਮਣ ਹੋਣ ਕਰਕੇ ਉਹਨਾਂ ਦੀ ਸਾਰੀ ਕੌਮ ਨੂੰ ਦੋਸ਼ੀ ਨਾ ਠਹਿਰਾਇਓ। ਕਿਉਂਕਿ ਜੇ ਇੱਕ ਬੰਦੇ ਦਾ ਕਰਕੇ ਪੂਰੀ ਕੌਮ ਨੂੰ ਦੋਸ਼ੀ ਠਹਿਰਾਉਣਾ ਤਾਂ ਫਿਰ ਸਿੱਖਾਂ ਦੇ ਵਿੱਚ ਬੇਅੰਤਾ ਬੁੱਚੜ, ਅਤੇ ਉਹ ਕੇ ਪੀ ਗਿੱਲ ਵੀ ਸੀਗੇ, ਉਹ ਵੀ ਪੱਗਾਂ ਬੰਨਦੇ ਸੀਗੇ, ਸਿੱਖਾਂ ਦੇ ਸਿੰਘ ਨਾਂ ਅਤੇ ਕੌਰ ਵਾਲੇ ਵੀ ਬਥੇਰੇ ਸਿੱਖਾਂ ਦੇ ਦੁਸ਼ਮਣ ਸੀਗੇ। ਗੰਗੂ ਇੱਕ ਬਿਰਤੀ ਹੈ, ਗੰਗੂ ਇੱਕ ਮਾਨਸਿਕਤਾ ਹੈ, ਗੰਗੂ ਇੱਕ ਸੋਚ ਹੈ ਜਿਹੜੀ ਖਾਂਦੀ ਗੁਰੂ ਘਰ ਤੋਂ ਹੈ, ਫਾਇਦੇ ਗੁਰੂ ਘਰ ਤੋਂ ਲੈਂਦੀ ਹੈ, ਚੌਧਰੀਆਂ ਗੁਰੂ ਘਰ ਤੋਂ ਕਰਦੀ ਹੈ, ਪ੍ਰਧਾਨਗੀਆਂ ਗੁਰੂ ਘਰ ਤੋਂ ਕਰਦੀ ਹੈ, ਯਾਰੀ ਦਿੱਲੀ ਨਾ ਪਕਾਉਂਦੀ ਹੈ ਤੇ ਪਿੱਠ 'ਚ ਛੁਰਾ ਆਨੰਦਪੁਰ ਸਾਹਿਬ ਦੇ ਮਾਰਦੀ ਹੈ। ਇਹ ਗੰਗੂ ਹੈ। ਆਪਣੇ ਆਪ ਵੇਖੀਏ ਆਪਾਂ ਆਪਣੇ ਅੰਦਰ, ਕੀ ਮੈਂ ਬਿਜ਼ਨਸ ਕਰਕੇ, ਮੈਂ ਆਪਦੀਆਂ ਸਟੇਜਾਂ ਕਰਕੇ, ਮੈਂ ਆਪਦੇ ਨਿੱਜੀ ਗਰਜ਼ਾਂ ਕਰਕੇ, ਮੈਂ ਆਪਦੇ ਰਿਲੇਸ਼ਨ ਸੈੱਟ ਕਰਨ ਵਾਸਤੇ, ਆਪਣੀ ਲੀਡਰੀ ਵਾਸਤੇ, ਆਪਣੀ ਰਾਜਨੀਤੀ ਵਾਸਤੇ ਸਾਹਿਬਜ਼ਾਦਿਆਂ ਨੂੰ ਪਿੱਠ ਦੇ ਕੇ ਵਜ਼ੀਰ ਖਾਂ ਦੇ ਨਾਲ ਤਾਂ ਨਹੀਂ ਖਲੋਤਾ? ਅਤੇ ਜੇ ਮੈਂ ਵਜ਼ੀਰ ਖਾਂ ਦੇ ਨਾਲ ਖਲੋਤਾ ਤਾਂ ਪੱਗਾਂ 1 ਦੀਆਂ 2 ਬੰਨ੍ਹ ਲਓ, ਕਿਰਪਾਨਾਂ 1 ਦੀਆਂ 3 ਪਾ ਲਓ, ਕਛਹਿਰੇ 1 ਦੇ 5 ਪਾ ਲਓ, ਸਿੱਖ ਨਹੀਂ ਹੋ ਸਕਦੇ, ਤੁਸੀਂ ਗੰਗੂ ਹੋ। ਅਤੇ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਬੜਾ ਔਖਾ ਲੱਗਦਾ ਹੈ ਸੱਚ ਸੁਣਨਾ, ਪਰ ਮੈਂ ਆਪਣੇ ਮੈਂ ਮਜਬੂਰ ਹਾਂ, ਮੈਂ ਆਪਣੇ ਗੁਰੂ ਪਿਤਾ ਦੀ ਹਜ਼ੂਰੀ 'ਚ ਹਾਂ, ਮੈਂ ਝੂਠ ਨਹੀਂ ਸੁਣਾ ਸਕਦਾ। ਕਿਉਂਕਿ ਮਸਲਾ ਤੁਹਾਡੇ ਪੁੱਤਾਂ ਦੀ ਹੋਂਦ ਦਾ, ਤੁਹਾਡੇ ਬੱਚਿਆਂ ਦੇ ਭਵਿੱਖ ਦਾ, ਤੁਹਾਨੂੰ ਇਹ ਗੱਲਾਂ ਤੱਤੀਆਂ ਜਦੋਂ ਸੰਤ ਬਾਬਾ ਜਰਨੈਲ ਸਿੰਘ ਕਰਦੇ ਗੱਲਾਂ ਤੱਤੀਆਂ ਲੱਗਦੀਆਂ, ਜਦੋਂ ਭਾਈ ਅੰਮ੍ਰਿਤਪਾਲ ਸਿੰਘ ਕਰਦੇ ਤੱਤੀਆਂ ਲੱਗਦੀਆਂ, ਅਤੇ ਗੱਲ ਤਾਂ ਗੁਰੂ ਗੋਬਿੰਦ ਸਿੰਘ ਤੋਂ ਸ਼ੁਰੂ ਹੋਈ, ਗੱਲ ਤਾਂ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਹਿਣ ਦੀ ਹੋਈ, ਸਿਧਾਂਤ ਦਿੱਤਾ ਇਸ ਗੱਲ ਦਾ ਕਿ ਜੇ ਦਿੱਲੀ ਦਾ ਕੋਈ ਵੀ ਬੈਠਾ ਹੋਇਆ ਹੁਕਮਰਾਨ ਜ਼ੁਲਮ ਦੀ ਇੰਤਹਾ ਕਰੇਗਾ ਤੇ ਉਹਦੇ ਅੱਗੇ ਕੌਮ ਦਾ ਬਾਬਾ ਫਤਿਹ ਸਿੰਘ 1 ਡਾ ਕੇ ਉਹਦਾ ਮੁਕਾਬਲਾ ਕਰੇਗਾ ਤੇ ਉਹਨੂੰ ਉਹਦੀ ਅੱਖ ਵਿੱਚ ਅੱਖ ਪਾ ਕੇ ਇਹ ਅਹਿਸਾਸ ਕਰਾਏਗਾ ਕਿ ਤੂੰ ਬਾਬਰ ਨਹੀਂ ਜਾਬਰ। ਇਹ ਉਹਨਾਂ ਦੀ ਮਰਜ਼ੀ ਹੈ ਕਿ ਉਹ ਛੁਰੀਆਂ ਨਾਲ ਕੋਹ ਦੇਣ, ਉਹ ਮੈਦਾਨੇ ਜੰਗ ਵਿੱਚ ਸ਼ਹੀਦ ਕਰ ਦੇਣ, ਉਹ ਸਾਨੂੰ ਤੋਪਾਂ ਨਾਲ ਉਡਾ ਦੇਣ, ਉਹ ਸਾਨੂੰ ਬੜੈਲ ਜੇਲ੍ਹ 'ਚ ਭੇਜ ਦੇਣ, ਉਹ ਸਾਨੂੰ ਤਿਹਾੜ ਜੇਲ੍ਹ 'ਚ ਭੇਜ ਦੇਣ, ਉਹ ਸਾਨੂੰ ਅਸਾਮ ਦੀ ਦਿਬੜੂਗੜ੍ਹ ਭੇਜ ਦੇਣ। ਇਹ ਉਹਨਾਂ ਨੇ ਵੇਖਣਾ, ਅਸੀਂ ਆਪਣੇ ਗੁਰੂ ਦੀ ਦਿੱਤੀ ਹੋਈ ਦਾਤ ਤੋਂ ਪਿੱਛੇ ਨਹੀਂ ਹਟ ਸਕਦੇ ਜੇ ਅਸੀਂ ਗੁਰੂ ਦੇ ਸਿੱਖ। ਤਾਕਤ ਬੜੀ ਗੁਰੂ ਨੇ ਦਿੱਤੀ ਤੁਹਾਨੂੰ, ਤਾਕਤ ਤਾਂ ਤੁਹਾਡੇ ਕੋਲ ਬਾਬਾ ਫਤਿਹ ਸਿੰਘ ਵਾਲੀ ਹੋਈ ਹੈ ਨਾ, ਕਿਉਂਕਿ ਉਹਨੇ ਆਪਣੇ ਪੁੱਤ ਆਖਿਆ। ਇਹ ਦੁਸ਼ਮਣ ਨੇ ਤਾਂ ਕੰਮ ਖਰਾਬ ਕੀਤਾ ਨਾ, ਵੀ ਸਾਡੇ ਅੰਦਰ ਜਿਹੜੀ ਸਿੱਖੀ ਦੀ ਪਾਣ ਸੀ ਉਹਨੂੰ ਗੰਧਲਿਆਂ ਕਰ ਦਿੱਤਾ, ਉਹ ਸਿੱਖੀ ਦੇ ਸਾਡੀਆਂ ਰਗਾਂ 'ਚ ਜਿਹੜਾ ਕਲਗੀਧਰ ਦਾ ਲਹੂ ਸੀ ਉਹਨੂੰ ਗੰਧਲਿਆਂ ਕੀਤਾ, ਜਿਹਦੀ ਵਜ੍ਹਾ ਕਰਕੇ ਸਾਰਾ ਕੁਛ ਗੜਬੜ ਹੋਇਆ ਅਤੇ ਸਾਨੂੰ ਆਪਣਾ ਗੁਰੂ ਚਿੱਤੇ ਭੁੱਲ ਗਿਆ, ਤਾਕਤ ਚਿੱਤੇ ਭੁੱਲ ਗਈ। ਅਸੀਂ ਧਾਗਿਆਂ 'ਚੋਂ, ਮੌਲੀਆਂ 'ਚੋਂ, ਤਵੀਤਾਂ 'ਚੋਂ, ਆਹ ਮੱਥੇ 'ਤੇ ਲਾਏ ਲਾਲ ਰੰਗ ਦੀ ਲਕੀਰ 'ਚੋਂ, ਵਰਤਾਂ 'ਚੋਂ ਅੱਜ ਤਾਕਤ ਲੱਭਦੇ ਫਿਰਦੇ ਹਾਂ। ਨਹੀਂ ਲੱਭਣੀ ਮਾਤਾ, ਇਹ ਧਾਗਿਆਂ ਵਾਲੀ ਤਾਕਤ ਨਹੀਂ ਹੈ। ਜੇ ਧਾਗਿਆਂ 'ਚੋਂ ਤਾਕਤ ਹੁੰਦੀ ਤਾਂ ਗੁਰੂ ਨਾਨਕ ਸਾਹਿਬ 7 ਸਾਲ ਦੀ ਉਮਰੇ ਧਾਗਾ ਵਾਪਸ ਨਾ ਕਰਦੇ। ਨਹੀਂ ਲੱਭਣੀ ਤਾਕਤ ਧਾਗਿਆਂ 'ਚੋਂ, ਨਹੀਂ ਲੱਭਣੀ ਪਖੰਡੀਆਂ ਦੇ ਡੇਰਿਆਂ 'ਚੋਂ,
ਨਹੀਂ ਲੱਭਣੀ ਇਹ ਜਿਹੜੇ ਡੇਰੇ ਖੋਲ੍ਹ ਕੇ ਗੁਰੂ ਡੰਮ ਚਲਾ ਕੇ ਵੱਡਾ ਭੇਡਾਂ ਦਾ ਵਾੜਾ ਇਕੱਠਾ ਕਰਕੇ ਮੁੜ ਕੇ ਦੇਸ਼ ਦਾ ਵੱਡਾ ਕੋਈ ਪ੍ਰਧਾਨ ਮੰਤਰੀ ਸੱਦ ਕੇ ਭੇਡਾਂ ਦੀ ਨਿਲਾਮੀ ਕਰਦੇ ਆ ਨਾ, ਇਹ ਇਹ ਧਰਮ ਨਹੀਂ ਦੇ ਸਕਦੇ, ਇਹ ਨਹੀਂ ਦਿੱਤਾ ਜਾਣਾ, ਇਹ ਇੱਦਾਂ ਦਾ ਮਸਲਾ ਨਹੀਂ ਹੈ। ਧਰਮ ਤਾਂ ਇੱਧਰਲੇ ਪਾਸੇ ਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁੜੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇੱਥੇ 20 ਕਿਲੋ ਦਾਣਿਆਂ ਬਦਲੇ ਧਰਮ ਨਹੀਂ, ਬਾਬਾ ਕਹਿੰਦਾ ਸਿਰ ਤਲੀ ਤੇ ਰੱਖ ਕੇ ਆਈ ਜੇ ਮੇਰੇ ਵਾਲੇ ਪਾਸੇ ਆਉਣਾ, ਨਹੀਂ ਤਾਂ ਕੁਛ ਹੋਰ ਕਰ ਲੈ। ਕੋਈ ਸੁੱਖ ਸੁੱਖੀ ਹੈ ਸਿੱਖ ਹੀ ਬਣਨਾ, ਕੋਈ ਸਿੱਖੀ ਮੁੱਕ ਚੱਲੀ ਤੁਹਾਡੇ ਨਾਂ ਸਿੱਖ ਹੋਣ ਕਰਕੇ, ਨਾ ਛਕੋ ਅੰਮ੍ਰਿਤ, ਕੋਈ ਗੱਲ ਨਹੀਂ ਕੁਛ ਹੋਰ ਕਰ ਲਓ, ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਮੈਂ ਸਮਾਪਤੀ ਵੱਲ ਆ ਜਾ। ਤੁਸੀਂ ਅੰਮ੍ਰਿਤ ਵੀ ਨਹੀਂ ਛਕਣਾ, ਤੁਸੀਂ ਦੇਹਧਾਰੀਆਂ ਦੇ ਵੀ ਜਾਣਾ, ਦੁਨੀਆਂ ਦਾ ਹਰ ਦੇਹਧਾਰੀ ਬੰਦਾ ਡੇਰਾ ਬਣਾਊਗਾ ਪੰਜਾਬ 'ਚ ਆ ਕੇ, ਤੁਸੀਂ ਘੜੁੱਕੇ ਭਰ ਭਰ ਟਰਾਲੀਆਂ ਭਰ ਭਰ ਉਹਨਾਂ ਦੇ ਡੇਰੇ ਭਰਨੇ ਜਾ ਕੇ ਭਰੋ। ਪਰ ਮੇਰਾ ਸਵਾਲ ਹੈ, ਜਦੋਂ ਤੁਹਾਡੇ ਪੁੱਤ ਹਜ਼ਾਰਾਂ ਦੀ ਤਾਦਾਦ ਵਿੱਚ ਨਸ਼ਿਆਂ 'ਚ ਗਲਤਾਨ ਹੋ ਕੇ ਸਿਵਿਆਂ ਦੇ ਰਾਹ ਪੈ ਰਹੇ ਸੀ, ਕਿਹੜੇ ਦੇਹਧਾਰੀ ਨੇ ਆ ਕੇ ਤੁਹਾਡੇ ਪੁੱਤਾਂ ਦੇ ਹੱਥਾਂ 'ਚੋਂ ਸਮੈਕ ਦੇ ਪਾਊਚ ਖੋਏ? ਕਿਹੜੇ ਦੇਹਧਾਰੀ ਨੇ ਬਾਂਹ ਕੱਢ ਕੇ ਖੜੀ ਕਰਕੇ ਆਖਿਆ ਕਿਸੇ ਰਾਜਨੇਤਾ ਨੂੰ, ਓਏ ਬੰਦੇ ਦੇ ਪੁੱਤ ਬਣੋ, ਪੰਜਾਬ ਦੀ ਧਰਤੀ 'ਤੇ ਇਸ ਨੌਜਵਾਨਾਂ ਦੀ ਜਾਨ ਬਚਾਉਣੀ ਹੈ, ਨਸ਼ਾ ਵਿਕਣਾ ਬੰਦ ਕਰਾਓ। ਜੇ ਕੋਰੋਨਾ ਕਾਲ ਦੇ ਵਿੱਚ ਖੰਡ ਵਿਕਣੀ ਬੰਦ ਹੋ ਸਕਦੀ, ਦੁੱਧ ਵਿਕਣਾ ਬੰਦ ਹੋ ਸਕਦਾ, ਤਾਂ ਕੀ ਪੰਜਾਬ 'ਚ ਨਸ਼ਾ ਵਿਕਣਾ ਬੰਦ ਨਹੀਂ ਹੋ ਸਕਦਾ? ਕੋਈ ਦੇਹਧਾਰੀ ਗੁਰੂ ਜਿਹੜੇ ਕਹਿੰਦੇ ਅਸੀਂ ਮਨੁੱਖਤਾ ਦੇ ਵਾਸਤੇ ਕੰਮ ਕਰ ਰਹੇ ਹਾਂ, ਉਹਨਾਂ ਨੂੰ ਪੁੱਛੋ ਪੰਜਾਬ ਦੀ ਜਵਾਨੀ ਸਾਰੀ ਨਸ਼ਿਆਂ 'ਚ ਰੁੜ ਗਈ, ਤੁਹਾਡੀ ਕੀ ਕੰਟਰੀਬਿਊਸ਼ਨ ਹੈ, ਤੁਹਾਡਾ ਕੀ ਯੋਗਦਾਨ ਹੈ? ਇਹ ਸਰਕਾਰਾਂ ਦੇ ਦਿੱਲੀ ਦੇ ਹੁਕਮਰਾਨ ਦੇ ਏਜੰਟ ਸੀ, ਇਹ ਗੰਗੂਈ ਸੀ, ਇਹ ਸੁੱਚਾ ਨਾਂਦੀ ਨੇ, ਇਹਨਾਂ ਨੇ ਪੰਜਾਬ ਦੀ ਧਰਤੀ 'ਤੇ ਆ ਕੇ ਉਜਾੜਾ ਪਾਇਆ, ਉੱਲੂ ਨੇ ਉਜਾੜ ਪਾਲਦੇ ਨੇ। ਤੁਹਾਡੇ ਘਰਾਂ ਦੇ ਵਿੱਚ ਜਿਹੜੇ ਤੁਹਾਡੇ ਨੌਜਵਾਨ ਪੁੱਤਾਂ ਦੇ ਸਿਵੇ ਮੱਚੇ ਨਾ ਨਸ਼ਿਆਂ ਕਰਕੇ, ਉਹਦੇ ਲਈ ਉਹ ਵੀ ਬਰਾਬਰ ਦੇ ਦੋਸ਼ੀ ਨੇ। ਵੱਖਰੀ ਗੱਲ ਹੈ ਵੀ ਅਸੀਂ ਇਕੱਲੀ ਸ਼੍ਰੋਮਣੀ ਕਮੇਟੀ 'ਤੇ ਤਵਾ ਲਾ ਕੇ ਛੱਡ ਦਿੰਦੇ ਨੇ ਜੀ, ਪ੍ਰਚਾਰ ਨਹੀਂ ਕਰਦੇ, ਪ੍ਰਚਾਰ ਤਾਂ ਬਹੁਤ ਕਰਦੇ। ਮਸਲਾ ਇਹ ਹੈ ਸਾਡੇ ਘਰਾਂ 'ਚ ਸਿੱਖੀ ਦੀ ਫੁਲਵਾੜੀ ਬਚੀ ਨਹੀਂ, ਜੜ ਨਹੀਂ ਲੱਗੀ ਰਹੀ। ਗੁਰੂ ਨੇ ਕਿਹਾ ਸੀ ਜਿੱਦਣ ਕੇਸ ਕਤਲ ਹੋ ਗਏ ਤੁਹਾਡੇ ਘਰਾਂ 'ਚੋਂ ਸਿੱਖੀ ਦੀ ਜੜ ਮੁੱਕ ਜਾਣੀ। ਦੁੱਖ ਇਸ ਗੱਲ ਦਾ, ਸਵਾਲ ਇਸ ਗੱਲ ਦਾ ਕਿ ਤੁਸੀਂ ਖਲੋਤੇ ਕਿਸ ਪਾਸੇ? ਸੰਗਤ ਜੀ, ਕਿਹੜੇ ਪਾਸੇ ਖਲੋਤੇ? ਵਜ਼ੀਰ ਖਾਨ ਵਾਲੇ ਪਾਸੇ ਖਲੋਤੇ? ਸੁੱਚਾਨੰਦ ਵਾਲੇ ਪਾਸੇ ਖਲੋਤੇ? ਗੰਗੂ ਵਾਲੇ ਪਾਸੇ ਖਲੋਤੇ? ਕਿ ਬਾਬੇ ਮੋਤੀ ਰਾਮ ਮਹਿਰੇ ਵਾਲੇ ਪਾਸੇ ਖਲੋਤੇ? ਦੀਵਾਨ ਟੋਡਰਮੱਲ ਵਾਲੇ ਪਾਸੇ ਖਲੋਤੇ? ਬੀਬੀ ਹਰਸ਼ਰਨ ਕੌਰ ਵਾਲੇ ਪਾਸੇ ਖਲੋਤੇ? ਮੇਰੀ ਉਹ ਭੈਣੋ, ਕਹਿੰਦੇ ਬੀਬੀਆਂ ਤਾਂ ਕਮਜ਼ੋਰ ਬੜੀਆਂ ਹੁੰਦੀਆਂ ਨੇ, ਅਤੇ ਤੁਹਾਨੂੰ ਬੀਬੀ ਹਰਸ਼ਰਨ ਕੌਰ ਦੀ ਇਹ ਦਾਸਤਾਂ ਤਾਕਤ ਕਿਉਂ ਨਹੀਂ ਦਿੰਦੀ, ਜਿਹਨੇ ਵੇਖਿਆ ਕਲਗੀਆਂ ਵਾਲੇ ਦੇ ਪੁੱਤ ਮੈਦਾਨੇ ਜੰਗ ਦੇ ਵਿੱਚ ਮ੍ਰਿਤਕ ਸਰੀਰ ਪਏ ਨੇ, ਉਹਨੇ ਜੰਗਲ ਦੇ ਵਿੱਚੋਂ ਲੱਕੜਾਂ ਇਕੱਠੀਆਂ ਕਰਕੇ ਇੱਕ ਵੱਡੀ ਸਾਰੀ ਚਿਖਾ ਬਣਾ ਕੇ ਸਾਰੇ ਸਿੰਘਾਂ ਨੂੰ ਇਕੱਠਿਆਂ ਨੂੰ ਸੰਸਕਾਰ ਕਰ ਦਿੱਤਾ? ਜਦੋਂ ਦੁਸ਼ਮਣ ਵੈਰੀ ਨੇ ਦੇਖਿਆ ਬੜੀਆਂ ਉੱਚੀਆਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਨੇ, ਇੱਥੇ ਕੁਛ ਹੋ ਰਿਹਾ, ਅਤੇ ਵੇਖਿਆ ਬੀਬੀ ਹਰਸ਼ਰਨ ਕੌਰ ਹੋਰ ਲੱਕੜਾਂ ਇਕੱਠੀਆਂ ਕਰ ਕਰਕੇ ਉਸ ਸਿਵੇ ਦੇ ਉੱਤੇ ਪਾ ਰਹੀ ਸੀ, ਅਤੇ ਵੈਰੀਆਂ ਨੇ ਬੀਬੀ ਹਰਸ਼ਰਨ ਕੌਰ ਨੂੰ ਚੱਕ ਕੇ ਉਸ ਹਿੱਸੇ ਵਿੱਚ ਜਿਉਂਦੀ ਨੂੰ ਸੁੱਟ ਕੇ, ਜਿਉਂਦੀ ਨੂੰ ਜਲਾ ਕੇ ਸ਼ਹੀਦ ਕੀਤਾ। ਉਹ ਤੁਹਾਡੇ ਚੇਤਿਆਂ 'ਚੋਂ ਵਿਸਰ ਕਿਵੇਂ ਜਾਂਦੀ, ਮੇਰੀ ਸਮਝ ਤੋਂ ਬਾਹਰ ਹੈ। ਆ ਫਿਲਮਾਂ ਦਾ, ਸੀਰੀਅਲਾਂ ਦਾ, ਵੈੱਬ ਸੀਰੀਜ਼ ਦਾ, ਨੈੱਟਫਲਿਕਸ ਦਾ ਤੁਹਾਨੂੰ ਸਾਰਾ ਕੁਛ ਪਤਾ, ਜਿੰਨੇ ਕਾਰਟੂਨ ਕਰੈਕਟਰ ਨੇ ਤੁਹਾਡੇ ਨਿਆਣਿਆਂ ਦੀਆਂ ਉਂਗਲਾਂ 'ਤੇ ਨੇ,
ਤੇ ਜੇ ਹਰਸ਼ਰਨ ਕੌਰ ਪੁੱਛ ਲੈ ਨਹੀਂ ਪਤਾ, ਬੀਬੀ ਭਿੱਖਾਂ ਪੁੱਛ ਲੈ ਨਹੀਂ ਪਤਾ, ਬੀਬੀ ਮੁਮਤਾਜ ਪੁੱਛ ਲੈ ਨਹੀਂ ਪਤਾ, ਤੇ ਫਿਰ ਫਿਰ ਕੀ ਬਣਿਆ? ਸਿੱਖੀ ਤੇ ਘਟੀ ਨਹੀਂ, ਕੀ ਬਣਿਆ? ਸਾਡੇ ਪੁੱਤ ਨਸ਼ਿਆਂ 'ਚ ਗਿਲਤਾਨ ਹੋ ਗਏ, ਤੁਸੀਂ ਕਹਿੰਦੇ ਸੀ ਤੱਤੀਆਂ ਗੱਲਾਂ ਨਾ ਕਰੋ, ਨਹੀਂ ਕਰਦੇ ਜੀ, ਤੇ ਪਰ ਮੈਨੂੰ ਇਹ ਤਾਂ ਜਵਾਬ ਦੇ ਦਿਓ ਕਿ ਜਦੋਂ ਸੰਤ ਬਾਬਾ ਜਰਨੈਲ ਸਿੰਘ ਨੇ ਪਾਣੀਆਂ ਦੇ ਹੱਕਾਂ ਦੀ ਗੱਲ ਕੀਤੀ ਸੀ ਵੀ ਸਾਡਾ ਪਾਣੀ ਜਿਹੜਾ ਹੈ ਉਹ 30% ਸਾਡੇ ਕੋਲ ਹੈ ਅਤੇ 70% ਦੂਜੀਆਂ ਸਟੇਟਾਂ ਨੂੰ ਮੁਫ਼ਤ 'ਚ ਦਿੱਤਾ ਜਾ ਰਿਹਾ ਹੈ ਅਤੇ ਦੇਸ਼ ਦਾ ਢਿੱਡ ਅਸੀਂ ਭਰਦੇ ਹਾਂ ਅਨਾਜ ਦੇ ਨਾਲ, ਸਾਡਾ ਪਾਣੀ ਨਾ ਲੁੱਟੋ, ਸਾਨੂੰ ਲੱਗਦਾ ਬਾਬਾ ਤੱਤੀਆਂ ਗੱਲਾਂ ਕਰਦਾ।